ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਠੱਠੀਆਂ ਖੁਰਦ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਦੋਸਤੋ। ਜਸਟ ਨੈਸ਼ਨਲ ਹਾਈਵੇ ਦੋਸਤੋ, ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੋਂ ਕਿਲੋਮੀਟਰ ਲਹਿੰਦੇ ਪਾਸੇ ਵੱਲ ਪਿੰਡ ਆ ਦੋਸਤੋ ਠੱਠੀਆਂ ਖੁਰਦ। ਬਾਕੀ ਹਰੀ ਕੇ ਪੱਤਣ ਤੋਂ ਕੋਈ ਵੀਰ ਆ ਰਿਹਾ ਅਤੇ ਥੋੜ੍ਹਾ ਹਰੀ ਕੇ ਪੱਤਣ ਦੀ ਦੂਰੀ ਆ ਜਿਹੜੀ ਦੋਸਤੋ, ਤਕਰੀਬਨ ਕੋਈ 4 ਕਿਲੋਮੀਟਰ 5 ਕਿਲੋਮੀਟਰ ਦੀ ਹਰੀ ਕੇ ਪੱਤਣ ਦੀ ਦੂਰੀ ਆ। ਮਰਾਣਾ ਪਿੰਡ ਕਾਫੀ ਵੀਰ ਜਾਣਦੇ ਆ, ਮਸ਼ਹੂਰ ਪਿੰਡ ਆ ਮਰਾਣਾ, ਬਿਲਕੁਲ ਸੜਕ ਦੇ ਉੱਪਰ ਜਿਹੜਾ ਦੋਸਤੋ ਪਿੰਡ ਹੈਗਾ, ਰੋਡ ਦੇ ਉੱਪਰ ਨੈਸ਼ਨਲ ਹਾਈਵੇ 'ਤੇ, ਉਹ ਵੀ ਥੋੜ੍ਹੀ ਦੂਰੀ 'ਤੇ ਆ। ਰੱਤਾ ਗੋਦਾ ਪਿੰਡ ਥੋੜ੍ਹੀ ਦੂਰੀ 'ਤੇ ਆ, ਅਲੀਪੁਰ ਪਿੰਡ ਬਿਲਕੁਲ ਲਾਗੇ ਆ ਦੋਸਤੋ। ਅਤੇ ਇਸ ਘਰੋਂ ਆਪਣੀ ਪਹਿਲੀ ਵੀਡੀਓ ਅੱਜ, ਪਸ਼ੂ ਵਪਾਰ ਦਾ ਕੰਮ ਕਰਦੇ ਆ ਵੀਰ ਹੋਣੀ, ਅਤੇ ਡੇਲੀ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ, ਚਾਹੇ ਵਿਹੜਾ ਹੋਣ ਮੱਝਾਂ ਹੋਣ, ਰੂਟੀਨ ਦੇ ਵਿੱਚ ਇਸੇ ਤਰ੍ਹਾਂ ਪਸ਼ੂ ਘਰ ਆਉਂਦੇ ਰਹਿੰਦੇ ਆ। ਬਾਕੀ ਡਿਟੇਲ ਆਪਾਂ ਵੀਰ ਦੇ ਨਾਲ ਪੂਰੀ ਗੱਲਬਾਤ ਕਰ ਲੈਂਦੇ ਹਾਂ, ਉਹਨਾਂ ਤੋਂ ਪੂਰੀ ਜਾਣਕਾਰੀ ਲੈ ਲਾਂਗੇ। ਇਹਨਾਂ ਦੋ ਵਿਹੜਾਂ ਦੀ ਸਮਾਂ ਲੈਂਦੀਆਂ ਨੇ, ਪੁੱਛ ਲਾਂਗੇ ਕਿੰਨਾ ਕਿੰਨਾ ਸਮਾਂ ਬਾਕੀ ਹੈ ਸੂਣ ਦੇ ਵਿੱਚ। ਸਭ ਤੋਂ ਪਹਿਲਾਂ ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਵੀਰ ਜੀ ਠੀਕ ਠਾਕ ਹੋ? ਹਾਂਜੀ ਵਧੀਆ ਜੀ। ਇੱਕ ਨਾਮ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰ ਦਈਏ। ਰਵੀ ਵੀਰ ਜੀ। ਰਵੀ? ਹਾਂਜੀ। ਰਵੀ ਵੀਰ ਪਸ਼ੂ ਵਪਾਰ ਦਾ ਕੰਮ ਹੀ ਆ? ਹਾਂਜੀ ਹਾਂਜੀ। ਅਤੇ ਰਵੀ ਵੀਰ ਕਿੰਨੇ ਕੁ ਚਿਰ ਤੋਂ ਵੈਸੇ ਜਿਹੜਾ ਪਸ਼ੂ ਵਪਾਰ ਦਾ ਕੰਮ ਆ, ਕਿੰਨਾ ਕੁ ਸਮਾਂ ਹੋ ਗਿਆ ਕਰਦੇ ਨੂੰ? ਇਹ ਹੋ ਗਏ 4-5 ਸਾਲ ਤਕਰੀਬਨ। 4-5 ਸਾਲ ਇਸੇ ਤਰ੍ਹਾਂ ਆਉਂਦੇ ਆ ਪਸ਼ੂ, ਵਿਹੜਾ ਹੋਣ ਚਾਹੇ ਮੱਝਾਂ? ਹਾਂਜੀ ਹਾਂਜੀ ਹਾਂਜੀ। ਠੀਕ ਆ, ਦੋ ਵਿਹੜਾਂ ਕੀ ਡਿਟੇਲ ਆ? ਪਹਿਲੇ ਨੰਬਰ ਤੋਂ ਆਪਾਂ ਇਸ ਵਿਹੜ ਤੋਂ ਸਟਾਰਟ ਕਰ ਲਈਏ। ਇਹ ਵੀ ਜੀ ਹਲੇ ਗੱਭਣ ਆ, ਲੈ ਜੂਗੀ 10-15 ਦਿਨ। 10-15 ਦਿਨ? ਹਾਂਜੀ। ਠੀਕ ਆ, ਸੂਆ ਕਿੰਨਵਾਂ ਸੁਣਦੀ ਅੱਗੇ ਆ? ਦੂਜਾ। ਦੂਜਾ ਸੂਆ ਲਓ ਜੀ, 10-15 ਦਿਨ ਦਾ ਸਮਾਂ ਲੈਂਦੀ ਆ ਦੂਜਾ ਸੂਆ। ਕਰੋਸ ਅੰਗ ਦੇ ਵਿੱਚ ਆ ਦੋਸਤੋ, ਠੀਕ ਆ ਜੀ। ਥੋੜ੍ਹਾ ਜਿਹਾ ਸ਼ਾਹੀਵਾਲ ਦਾ ਤੁਸੀਂ ਕਰੋਸ ਮੰਨ ਸਕਦੇ ਜੇ, 15 ਕੁ ਦਿਨ ਹਜੇ ਕੱਚੀ ਆ। ਆ ਲਓ, ਠੀਕ ਆ। ਅਤੇ ਰਵੀ ਵੀਰ ਥੋੜ੍ਹਾ ਜਿਹਾ ਥੱਲੇ ਗੱਲ ਦੇ, ਥੋੜ੍ਹੀ ਪ੍ਰੋਬਲਮ ਆ ਜਾਂ ਨਹੀਂ? ਵੈਸੇ ਹੀ ਆ, ਪੋਲੀ ਆ ਇਹ। ਅੱਛਾ, ਰਸੌਲੀ 'ਚ ਪਾਣੀ ਪੂਣੀ ਵਗਿਆ ਇੱਥੇ? ਨਹੀਂ ਨਹੀਂ, ਹਾਂਜੀ ਰੱਸੇ ਰੁੱਸੇ ਫਿਰ ਗਿਆ ਕਦੇ, ਉੱਦਾਂ ਨਹੀਂ ਕੋਈ ਚੱਕਰ। ਰੱਸੇ ਰੁੱਸੇ ਕਰਕੇ ਧਲੇਰਾ ਧਲੂਰਾ ਪਾਇਆ ਸੀ? ਹਾਂਜੀ ਹਾਂਜੀ। ਠੀਕ ਆ, ਅਤੇ ਬਾਕੀ ਟਿੱਪਣ ਦੀ ਦੱਸ ਦਿਓ, ਚੌਂ ਥਣਾਂ ਦੀ। ਓਕੇ ਭਾਜੀ, ਐਂ ਪੂਰਾ ਚੌਂ ਥਣਾਂ ਦੀ? ਹਾਂਜੀ ਹਾਂਜੀ। ਠੀਕ ਆ, ਅਤੇ ਖੋਲ੍ਹ ਕੇ ਦਿਖਾ ਦੇਈਏ ਵੀਰ। ਐਨ ਤੋਰਦੇ ਜੀ, ਹੈਨ ਤੋਰਦੇ। ਦੂਜਾ ਸੂਬਾ ਦੋਸਤੋ ਵੀਰ ਦੱਸ ਰਿਹਾ, ਦੂਜਾ ਸੂਬਾ ਸੋਹਣੀ ਆ, 15 ਕੁ ਦਿਨ ਦਾ ਸਮਾਂ ਬਾਕੀ ਆ। ਹਾਈਟ ਮੀਡੀਅਮ ਦੇ ਵਿੱਚ ਆ, ਕਰੋਸ ਅੰਗ ਆ ਦੋਸਤੋ, ਠੀਕ ਆ, ਕਰੋਸ ਅੰਗ ਦੇ ਵਿੱਚ ਆ। ਜਿਹੜੇ ਵੀਰ ਨੂੰ ਜਚੂਗੀ ਫੱਬੂਗੀ ਤਸੱਲੀ, ਤੁਸੀਂ ਘਰ ਆਣ ਕੇ ਕਰ ਲਿਓ, ਅਤੇ ਤਿੱਪ ਕੇ ਆਪਦਾ ਦੋਸਤੋ ਚੌਂ ਥਣਾਂ ਦੀ ਤਸੱਲੀ ਕਰ ਲਿਓ, ਕਿਉਂਕਿ ਦੋਵੇਂ ਜਿਹੜੀਆਂ ਵਿਹੜਾਂ ਨੇ ਦੋਨੋਂ ਇਹ ਗੱਭਣ ਆ। ਅਤੇ ਤਿਆਰੀ ਤਕਰੀਬਨ ਇਹਦੀ ਜਿਹੜੀ ਦੋਸਤੋ 10-15 ਦਿਨਾਂ 'ਤੇ ਪੂਰੀ ਤਿਆਰੀ ਹੋਊਗੀ ਵਿਹੜ ਦੀ। ਬਾਕੀ ਤੁਹਾਡੇ ਸਾਹਮਣੇ ਆ ਥਣ ਦੇ ਵਾ, ਕੋਈ ਫੋਟ ਕੋਈ ਛਾਂਗ ਨਹੀਂ ਗੇ, 4 ਥਣ ਨੇ ਚੌਂ ਥਣਾਂ ਦੀ। ਬੇਸ਼ੱਕ ਦੋਸਤੋ ਜਿਹੜੇ ਵਿੱਥ ਵਿਰਲ ਆ, ਉਹ ਜਿਵੇਂ ਜਿਵੇਂ ਲੇਵਾ ਪਸ਼ੂ ਨੇ ਭਰਿਆ, ਉਵੇਂ ਉਵੇਂ ਜਿਹੜਾ ਥਣਾਂ ਦਾ ਨਖੇੜ ਆਪਸੀ ਹੋਣਾ ਸ਼ੁਰੂ ਹੋ ਜਾਏਗਾ। ਅਤੇ ਬਾਕੀ ਤੁਹਾਡੇ ਸਾਹਮਣੇ 4 ਥਣ ਨੇ, ਬਿਲਕੁਲ ਲੰਬਾਈ ਦੇ ਵਿੱਚ ਮੁੱਠੀ ਥਣ। ਆ ਲਓ ਜੀ, ਠੀਕ ਹੈ ਜੀ। ਅਤੇ ਰਵੀ ਕਿੰਨਾ ਵੀਰਾਂ ਦਾ ਮੁੱਲ ਕੀ ਕੀਤਾ ਲੈਣ ਦੇ? ਵੀਰ ਜੀ ਮੁੱਲ 42,000 ਕਰਦੇ, 40 ਦੀ ਦੇ ਦਾਂਗੇ। 40 ਦੀ? ਉਹ 'ਚੋਂ ਮਾਨ ਤਾਨ ਕਰ ਦਾਂਗੇ ਮੌਕੇ ਦੇ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਮੁੱਲ ਦੋਸਤੋ 42 ਆ, 40,000 ਦੇ ਵਿੱਚੋਂ ਮਾਨ ਤਾਨ ਕਰ ਦੇਣਗੇ ਵੀਰ ਹੋਣੀ, ਠੀਕ ਆ। ਅਤੇ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਊਗੀ ਤਸੱਲੀ, ਤੁਸੀਂ ਕਰ ਲਿਓ ਘਰ ਆਣ ਕੇ, ਅਤੇ ਠੀਕ ਹੈ। ਅੱਛਾ ਰਵੀ ਭਰਾ, ਇੱਕ ਦੂਜੇ ਨੰਬਰ 'ਤੇ ਆਪਣੇ ਕੋਲ ਵੈੜ ਆ। ਹਾਂਜੀ ਠੀਕ ਆ। ਅੱਛਾ ਰਵੀ ਵੀਰ, ਇੱਕ ਵੀਰ ਇਹ ਵੀ ਜ਼ਰੂਰੀ ਗੱਲ ਹੈਗੀ ਆ ਵੀ ਕੋਈ ਭੈਣ ਭਰਾ ਮੰਨ ਲਓ ਇਸ ਕੰਮ ਦੇ ਵਿੱਚੋਂ ਕੋਈ ਦੂਰੋਂ ਦੁਰਾਡੇ ਆਉਂਦਾ, ਤੇ ਜੇ ਤਿੱਪਣ ਤੁੱਪਣ ਇੱਕ ਨੰਬਰ ਆ ਕਿਸੇ ਪਾਸੇ। ਓਕੇ ਵੀਰ ਜੀ, ਜਿੱਦਾਂ ਮਰਜ਼ੀ ਆਪਦੀ ਤਸੱਲੀ ਕਰੇ ਜਾਂ ਉਦਾਂ ਮੰਗਾ ਲੈ, ਕੋਈ ਗੱਲ ਨਹੀਂ ਵੀਰ ਜੀ। ਠੀਕ ਹੈ ਜੀ, ਆਨਲਾਈਨ ਵੀ ਮੰਗਾ ਲਏ ਹਨ? ਹਾਂਜੀ ਠੀਕ ਆ। ਤੇ ਦਿਨ ਤਕਰੀਬਨ ਇੰਨੇ ਕੀ ਹੋਣਗੇ ਜਿੰਨੇ ਆਪਾਂ ਦੱਸੇ ਗਏ? ਇੰਨੇ ਹੀ ਇੰਨੇ ਹੀ। 15 ਕੁ ਦਿਨ ਹੀ ਆ? 15 ਦਿਨ ਹੀ ਆ। ਅੱਛਾ ਅੱਛਾ ਠੀਕ ਆ।
ਲਿਆਓ ਆ ਜਾਓ ਰਵੀ ਭਾਈ ਅਗਲੇ ਪਾਸੇ। ਇਹ ਬੈਡ ਦੀ ਕੀ ਡਿਟੇਲ ਆ ਜਿਹੜੀ ਦੂਜੇ ਨੰਬਰ 'ਤੇ ਆਪਣੇ ਕੋਲ ਆ ਗਈ ਹੈ? ਇਹਦੇ ਭਾਅ ਜੀ 25 ਤਰੀਕ ਨੂੰ ਦਿਨ ਪੂਰੇ ਹੁੰਦੇ ਵੈਸੇ, ਅਤੇ ਪਹਿਲਾਂ ਨਾ ਇਹਨੇ ਦਿਨ ਲੈ ਜਾਣੇ ਉੱਤੇ। ਲਓ ਜੀ 25 ਤਰੀਕ ਨੂੰ ਦੋਸਤੋ ਦਿਨ ਪੂਰੇ ਹੁੰਦੇ ਆ, ਪਹਿਲਣ ਵੱਛੀ ਇਹ ਸੁਣ ਜਾ ਰਹੀ ਆ 25 ਦਸੰਬਰ ਨੂੰ। ਹਾਂਜੀ ਐਸੇ 25 ਨੂੰ। ਠੀਕ ਹੈ ਜੀ, ਲਓ ਜੀ 25 ਦਸੰਬਰ ਨੂੰ ਦਿਨ ਪੂਰੇ ਆ, ਬਾਕੀ ਵੱਛੀ ਪਹਿਲਾਂ ਸੂਆ ਸੁਣ ਜਾ ਰਹੀ ਆ। ਮੂੰਹ ਦੰਦੋਂ ਵੀਰ ਹੈਗੀ ਦੁੰਦੀਆਂ ਚੌਕੀਆਂ 'ਚ ਆ ਕੇ ਥੋੜ੍ਹੀ ਜਿਹੀ ਦੁੰਦੀ ਚੌਕੀ ਆ? ਚੌਕੀ ਆ। ਹਾਂਜੀ 4 ਦਿਨ ਦਾ ਵੱਛੀ ਆ। ਲਓ ਸੋ 4 ਦਿਨ ਦਾ ਵੱਛੀ ਆ ਦੋਸਤੋ, ਨਸਲ ਬਰੀਡ ਤੁਹਾਡੇ ਸਾਹਮਣੇ ਆ, ਬਿਲਕੁਲ ਬੋਧੀ ਵਾਲੀ ਬੈਡ ਆ। ਕੱਦ ਕਾਠ ਵੱਛੀ ਦਾ ਫੁੱਲ ਬੜਾ ਫੁੱਲ ਉੱਚਾ ਕੱਦ ਕਾਠ ਆ, ਵੱਡੇ ਕੱਦ ਕਾਠ ਦੇ ਵਿੱਚ ਆ। ਕੋਈ ਦੂਰੋਂ ਨੇੜਿਓਂ ਵੀਰ ਆ ਰਿਹਾ, ਇੱਕ ਆਈਡੀਆ ਤੁਸੀਂ ਇਹ ਮੰਨ ਕੇ ਆਇਓ ਦੋਸਤੋ ਵੀ ਵੱਡੀ ਵੈੜ ਆ। ਠੀਕ ਹੈ ਜੀ, ਬਾਕੀ ਉਮਰ ਜਿੰਨਾ ਚਿਰ ਪਸ਼ੂ ਜਵਾਨ ਨਹੀਂ ਹੁੰਦਾ, ਆਪਾਂ ਹਰ ਵਾਰ ਕਹਿੰਦੇ ਹਾਂ ਵੀ 5-4 ਸਾਲ 5 ਸਾਲ ਉਮਰ ਜਿਹੜੀ ਆ ਉਹ ਵਧਣ ਦੀ ਹੁੰਦੀ ਆ, ਪਸ਼ੂ ਇਨਕਰੀਜ ਹੁੰਦਾ। ਅਤੇ ਫਿਲਹਾਲ ਜੇਕਰ ਚੌਕੀ ਆ ਅਤੇ ਜਿਹੜੀ ਵੈੜ ਦੋਸਤੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੂਜੇ ਸੂਬੇ ਤੱਕ ਜਾਂਦਿਆਂ ਜਾਂਦਿਆਂ ਦੂਜੇ ਸੂਬੇ ਤੱਕ ਫੁੱਲ ਬੜਾ ਫੁੱਲ ਵਧੂਗੀ, ਕੱਦ ਹੋਰ ਕਰ ਜੂਗੀ। ਬਾਕੀ ਲੇਬਟੀ ਤੁਹਾਡੇ ਸਾਹਮਣੇ ਆ, 25 ਦਸੰਬਰ ਨੂੰ ਦਿਨ ਪੂਰੇ ਆ ਅਤੇ ਅੱਜ 17 ਦਸੰਬਰ ਆ ਦੋਸਤੋ। ਠੀਕ ਆ, ਅਤੇ ਤਕਰੀਬਨ ਕੋਈ 8-7 ਦਿਨ ਹਜੇ ਬਾਕੀ ਆ, ਦਿਨ ਪੂਰੇ ਹੋ ਜਾਣਗੇ ਅਤੇ ਵੱਛੀ ਪੂਰੀ ਤਿਆਰੀ 'ਤੇ ਆ ਜੂਗੀ। ਅਤੇ ਬਾਕੀ ਤਿੱਪਣ ਤੁੱਪਣ ਐਨ ਵਧੀਆ, ਇੱਕੋ ਜਿਹਾ ਭਾਅ ਜੀ? ਓਕੇ ਵਧੀਆ। ਠੀਕ ਆ, ਅਤੇ ਰਵੀ ਵੀਰ ਫਿਰ ਇਹਦਾ ਕੀ ਲੈਣ ਦੇਣ ਕਰਾਂਗੇ? ਭਾਅ ਜੀ ਮੁੱਲ 52 ਕਰਦੇ ਹਾਂ, 50 ਦੀ ਹਾਂ ਨਾ ਵਾ। 50 ਦੀ? ਹਾਂਜੀ। ਠੀਕ ਆ ਜੀ, ਲਓ ਜੀ 50,000 ਦੀ ਹਾਂ ਨਾ, ਅਤੇ ਵਿੱਚ ਉਹਦੇ ਵੀ ਮਾਨਤਨ ਹੋ ਜੂਗਾ? ਹੋ ਜੂਗਾ, ਹੋ ਜੂਗਾ, ਕਰ ਦਿਓ ਜੇ ਖੁੱਲ੍ਹਾ। ਹਾਂਜੀ ਹਾਂਜੀ, ਠੀਕ ਆ, ਜਿੰਨਾ ਵੀ ਕੋਈ ਗੁੰਜਾਇਸ਼ ਹੋਏ ਤਾਂ ਜ਼ਰੂਰ ਕਰ ਦਿਓ। ਸੋ ਰਵੀ ਵੀਰ ਥੋੜ੍ਹਾ ਜਿਹਾ ਇਹਨੂੰ ਹਿਲਾ ਕੇ ਦਿਖਾ ਦਈਏ, ਇੱਕ ਵਾਰੀ ਥਾਣਾ ਥੋੜ੍ਹਾ ਨਜ਼ਦੀਕੀ ਤੋਂ। 4 ਥਾਣਾ ਦੋਸਤੋ ਵੱਛੀ ਦੇ, ਕਈ ਵਾਰ ਹੁੰਦਾ ਕੋਈ ਫੋਟ ਛਾਂਗ ਹੋਵੇ ਅਤੇ ਨਾਲ ਆਪਾਂ ਜ਼ਰੂਰ ਦੱਸ ਦਈ ਦੀ ਆ, ਅਦਰਵਾਈਜ਼ ਬਿਲਕੁਲ ਤੁਹਾਨੂੰ ਜੋ ਦਿਖਾ ਰਹੇ ਹਾਂ ਬਿਲਕੁਲ 4 ਥਾਣਾ, ਸਪੇਸ ਵਿੱਥੀ ਬਿਲਕੁਲ ਤੁਹਾਡੇ ਸਾਹਮਣੇ ਆ, ਵੱਛੀ ਬਿਲਕੁਲ ਥਾਣ ਹੋਰ ਪੁੱਟ ਜੂਗੀ ਸੁਣ ਤੋਂ ਬਾਅਦ ਦੀ ਜੇਕਰ ਆਪਾਂ ਗੱਲ ਕਰੀਏ। ਅਤੇ ਆਹ ਵੇਖੋ ਜੀ, ਠੀਕ ਆ, ਅਤੇ 52,000 ਡਿਮਾਂਡ ਕੀਤੀ ਹੈ ਵੀਰ ਨੇ, 50,000 ਲੈਣ ਦੇਣਾ ਦੋਸਤੋ। ਜਿਹੜੇ ਵੀਰ ਨੂੰ ਜਚੂਗੀ ਫੱਬੂਗੀ ਸੌਦਾ ਤੁਸੀਂ ਕਰ ਲਿਓ, ਬਾਕੀ ਥੋੜ੍ਹਾ ਬਹੁਤ ਉੱਤੇ ਹੇਠਾਂ ਹੋ ਜੂਗਾ, ਜਿਹੜਾ ਵੀਰ ਘਰ ਆਣ ਕੇ ਕੋਈ ਕਰੂ ਆਊਗਾ ਮਾਨਤਾਨ ਹੋ ਜੂਗਾ ਵਿੱਚੋਂ। ਠੀਕ ਆ, ਅਤੇ ਆ ਜਾਓ ਵੀਰ ਰਵੀ, ਇਹ 2 ਵੈੜਾਂ ਸੀ ਆਪਣੇ ਕੋਲ ਅੱਜ, ਹੈ ਨਾ? ਠੀਕ ਆ, ਅਤੇ 2 ਵੈੜਾਂ ਦੀ ਡਿਟੇਲ ਜਿਹੜੀ ਆ ਦੋਸਤੋ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ ਆ। ਅਤੇ ਵੈਸੇ ਤਿੱਪਣ ਤੋਂ ਪਾਉਣ ਜਿਹੜੀਆਂ ਦੋਸਤੋ ਵੈੜਾਂ ਦੋਵੇਂ ਓਕੇ ਨੇ, ਬਾਕੀ ਕੋਈ ਵੀਰ ਆਪਦੀ ਨਰਕ ਪਰਕ ਕਰ ਲਏ ਤਸੱਲੀ ਕਰ ਲਏ। ਠੀਕ ਆ, ਹੋਰ ਭਰਾ ਜੀ? ਸਤਿ ਸ਼੍ਰੀ ਅਕਾਲ ਵੀਰ। ਅਤੇ ਪਸ਼ੂ ਵਪਾਰ ਦਾ ਕੰਮ ਹੀ ਆ, ਇਕੱਠੇ ਹੁੰਦੇ ਵੀਰ ਰਵੀ ਦੇ ਨਾਲ ਤੁਸੀਂ? ਇਹ ਮੇਰਾ ਦਲਾਲ ਆ ਭਾਈ। ਅੱਛਾ, ਚਲੋ ਵਧੀਆ ਗੱਲ ਆ। ਅਤੇ ਵੀਰ ਨੂੰ ਵੀ ਆਪਾਂ ਰਿਕੁਐਸਟ ਕਰੀਏ ਵੀ ਪਸ਼ੂ ਬਿਲਕੁਲ ਨੀਵੇਂ ਵਧੀਆ ਚੰਗੇ ਸੋਹਣੇ ਰੇਟ 'ਤੇ ਦਵਾਇਆ ਕਰੇ। ਉੱਚਾ ਪਸ਼ੂ ਰਵੀ ਵੀਰ ਨਹੀਂ ਲੈਣਾ ਹੈਗਾ? ਨਹੀਂ ਨਹੀਂ ਭਾਈ, ਉੱਚਾ ਪਸ਼ੂ ਤੁਹਾਨੂੰ ਪਤਾ ਵੀ ਪਸ਼ੂ ਮਾਰਕੀਟ ਕਿੱਥੇ ਹੈਗਾ। ਚਲੋ ਜਿੰਨਾ ਕੁ ਪਤਲੀ ਕਮਾਈ ਨਾਲ ਲੈ ਲਾਂਗੇ ਉਹਨਾਂ ਕਿ ਆਪਾਂ ਭੈਣ ਭਰਾਵਾਂ ਨੂੰ ਸਸਤਾ ਹੀ ਪਸ਼ੂ ਦੇਣਾ। ਹਾਂਜੀ ਹਾਂਜੀ, ਕੋਈ ਗੱਲ ਨਹੀਂ। ਠੀਕ ਆ ਜੀ, ਮਹਿੰਗਾ ਪਸ਼ੂ ਹੋ ਜਾਵੇ ਫਿਰ ਤੁਹਾਨੂੰ ਪਤਾ ਕੋਈ ਮਾੜੇ ਮੋੜ ਜਿਹੜੇ ਛੋਟੇ ਕਿਸਾਨ ਫਾਰਮਰ ਲਈ ਲੈਣਾ ਵੀ ਔਖਾ। ਅਤੇ ਆਪਾਂ ਜਿੰਨਾ ਵੀ ਹੋਊਗੀ ਜਦੋਂ ਜ਼ਿਆਦਾ ਇਹ ਰਹਿਣੀ ਚਾਹੀਦੀ ਵੀ ਬਿਲਕੁਲ ਪਤਲੀ ਜਿਹੀ ਕਮਾਈ ਕਰਕੇ ਪਸ਼ੂ ਹਰ ਘਰੇ ਜਿਹੜਾ ਜਾਇਜ਼ ਰੇਟ 'ਤੇ ਪਹੁੰਚ ਜੇ। ਕਿਉਂ ਅੱਗੇ ਵੀਰ ਜੀ ਸਾਲ ਭਰ ਅਗਲੇ ਨੇ ਮਿਹਨਤ ਕਰਕੇ ਫੀਡ ਦਾਣਾ ਫੱਕਾ ਪਾ ਕੇ ਚੁਵਾਈ ਕਰਕੇ ਡੇਅਰੀਆਂ 'ਤੇ ਦੁੱਧ ਪਾ ਕੇ ਵਿੱਚੋਂ ਕੁਛ ਲੈਣਾ ਦੇਣਾ ਹੁੰਦਾ, ਅਤੇ ਕਬੀਲਦਾਰੀ ਤੋਰਨੀ ਹੁੰਦੀ ਹੈ, ਅਤੇ ਇਹ ਜ਼ਰੂਰ ਰਿਕੁਐਸਟ ਹੈ ਆਪਣੀ। ਅਤੇ ਰਵੀ ਭਰਾ ਨੰਬਰ ਬੋਲ ਦਈਏ ਆਪਣੇ ਸੰਪਰਕ। 86-47-5150 ਠੀਕ ਹੈ ਜੀ, ਇਹ ਰਵੀ ਵੀਰ ਦੇ ਨੰਬਰ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।